ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡਾਇਰੀ। ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ। ਪਹਿਲਾਂ ਚੋਣਵੀਆਂ ਖਬਰਾਂ। ਬੇਅਦਬੀ ਤੇ ਗੋਲੀਕਾਂਡ ਦੀ ਜਾਂਚ ਵਿੱਚ ਮੁੜ ਜੁਟੇ ਕੁੰਵਰ ਵਿਜੇ ਪ੍ਰਤਾਪ। ਲੋਕ ਸਭਾ ਚੋਣਾਂ ਮਗਰੋਂ ਵੱਜਿਆ ਨਿਗਮ ਚੋਣਾਂ ਦਾ ਬਿਗਲ। 11 ਜੂਨ ਤੱਕ ਨਾਮਜ਼ਦਗੀਆਂ। ਸੁਖਬੀਰ ਬਾਦਲ ਤੋਂ ਹਾਰਨ ਮਗਰੋਂ ਸ਼ੇਰ ਸਿੰਘ ਘੁਬਾਇਆ ਨੇ ਕਾਂਗਰਸ ਤੇ ਲਾਏ ਵੱਡੇ ਦੋਸ਼। ਬਠਿੰਡਾ ਤੋਂ ਹਾਰਨ ਮਗਰੋਂ ਰਾਜਾ ਵੜਿੰਗ ਤੇ ਖਹਿਰਾ ਆਪਸ ਵਿੱਚ ਫੇਸਬੁੱਕ ਤੇ ਲੜੇ। ਸੁਖਬੀਰ ਬਾਦਲ ਦਾ ਜੀ ਕੇ ਖਿਲਾਫ ਐਕਸ਼ਨ। ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢਿਆ। ਕਰਤਾਰਪੁਰ ਕੋਰੀਡੋਰ ਦੇ ਸੰਬੰਧ ਵਿੱਚ ਨਿਰਮਾਣ ਨੂੰ ਲੈ ਕੇ ਭਾਰਤ ਪਾਕਿਸਤਾਨ ਦੀ ਹੋਈ ਮੀਟਿੰਗ। ਸੁਖਪਾਲ ਖਹਿਰਾ, ਭਗਵੰਤ ਮਾਨ ਤੇ PDA ਦੇ ਆਗੂ ਹੋ ਸਕਦੇ ਨੇ ਇਕੱਠੇ। ਕਮਰ ਸੰਧੂ ਨੇ ਆਖਿਆ ਭਗਵੰਤ ਮਾਨ ਦਾ ਫੋਨ ਆਇਆ ਸੀ, ਰਸਮੀ ਗੱਲਬਾਤ ਹੋਈ। ਹੁਣ ਖਬਰਾਂ ਦੀ ਵਿਸਥਾਰ। ਪੰਜਾਬ ਡਾਇਰੀ ਹੁਣ ਫੇਸਬੁੱਕ ਤੇ ਵੀ, ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ। ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆਂ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ। ਬਸ ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ। ਪੰਜਾਬ ਸਰਕਾਰ ਨੇ IPS ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਹਾਲੀ ਸੰਬੰਧੀ ਹੁਕਮ ਜਾਰੀ ਕਰ ਦਿੱਤੇ। ਅਕਾਲੀ ਭਾਜਪਾ ਸਰਕਾਰ ਵੱਲੋਂ ਬਰਗਾੜੀ ਵਿੱਚ ਹੋਈ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਵਿੱਚ ਹੋਏ ਗੋਲੀਕਾਂਡ ਬਾਰੇ ਜਾਂਚ ਕਰ ਰਹੀ ਸਿੱਟ ਵਿੱਚ ਵੀ ਉਨ੍ਹਾਂ ਦੀ ਬਹਾਲੀ ਕਰ ਦਿੱਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਚੋਣ ਮੁਹਿੰਮ ਦੌਰਾਨ ਕਈ ਵਾਰ ਸਪਸ਼ਟ ਤੌਰ ਤੇ ਐਲਾਨ ਕੀਤਾ ਸੀ ਕਿ IG ਕੁੰਵਰ ਪ੍ਰਤਾਪ ਵਾਪਸ ਪਿਛਲੀਆਂ ਸੇਵਾਵਾਂ ਤੇ ਬਹਾਲ ਹੋ ਜਾਣਗੇ ਤੇ SIT ਜਾਂਚ ਨੂੰ ਨਤੀਜਿਆਂ ਤੱਕ ਪਹੁੰਚਾਉਣਗੇ। ਧਿਆਨ ਰਹੇ ਕਿ ਕੱਲ ਚੋਣ ਜ਼ਾਬਤਾ ਖਤਮ ਹੋਇਆ ਤੇ ਸੂਬਾ ਸਰਕਾਰ ਨੇ ਇਹ ਐਲਾਨ ਕਰ ਦਿੱਤਾ ਹੈ। ਪੰਜਾਬ ਸਰਕਾਰ ਦੇ ਹਵਾਲੇ ਨਾਲ ਗ੍ਰਹਿ ਸਕੱਤਰ NS ਕਲਸੀ ਨੇ ਦੱਸਿਆ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਇੰਸਪੈਕਟਰ ਜਨਰਲ ਆਫ ਪੁਲਿਸ ਸੰਗਠਿਤ ਅਪਰਾਧ ਕੰਟਰੋਲ ਯੂਨਿਟ ਵਜੋਂ ਤਾਇਨਾਤ ਕੀਤਾ ਹੈ। ਇਸ ਦੇ ਨਾਲ ਹੀ IG ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਪੰਜਾਬ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ 2 ਨਗਰ ਪੰਚਾਇਤ ਤਲਵਾੜਾ ਤੇ ਭਾਦਸੋਂ ਤੋਂ ਇਲਾਵਾ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੇ 18 ਵਾਰਡਾਂ ਦੀ ਜ਼ਿਮਨੀ ਚੋਣ ਦਾ ਸ਼ਡਿਊਲ ਐਲਾਨ ਕਰ ਦਿੱਤਾ ਹੈ। 18 ਵਾਰਡਾਂ ਦੀ ਜ਼ਿਮਨੀ ਚੋਣ ਲਈ ਵੋਟਾਂ 21 ਜੂਨ ਨੂੰ ਪੈਣਗੀਆਂ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਹਲਕੇ ਦੇ ਪਿੰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਜਿੱਤ ਲਈ ਧੰਨਵਾਦੀ ਦੌਰਾ ਸ਼ੁਰੂ ਕੀਤਾ ਹੈ। ਉਨ੍ਹਾਂ ਲੰਬੀ ਹਲਕੇ ਦੇ ਪਿੰਡਾਂ ਵਿੱਚ ਬੋਲਦਿਆਂ ਆਖਿਆ ਕਿ ਦੇਸ਼ ਵਿੱਚ ਮੁੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਬਣ ਰਹੀ ਹੈ ਤੇ ਆਉਂਦੇ 5 ਸਾਲ ਭਾਰਤ ਦੀ ਵਿਸ਼ਵ ਪੱਧਰ ਉੱਤੇ ਪ੍ਰਾਪਤ ਨਿਸ਼ਾਨੀ ਨੂੰ ਮੁੜ ਹਾਸਲ ਕਰਨ ਲਈ ਨਰਿੰਦਰ ਮੋਦੀ ਸਰਕਾਰ ਅਹਿਮ ਰੋਲ ਅਦਾ ਕਰੇਗੀ। ਉਨ੍ਹਾਂ ਆਖਿਆ ਕਿ ਉਹ ਸਹੁੰ ਚੁੱਕ ਸਮਾਗਮ ਵਿੱਚ ਸ਼ਮੂਲੀਅਤ ਕਰਨਗੇ। ਸਾਬਕਾ ਮੁੱਖ ਮੰਤਰੀ ਨੇ ਕੈਪਟਨ ਨੂੰ ਸਲਾਹ ਦਿੱਤੀ ਕਿ ਉਹ ਸੂਬੇ ਦੇ ਲੋਕਾਂ ਦੀ ਸਾਰ ਲੈਣ, ਕਿਉਂਕਿ ਪੰਜਾਬ ਵਿੱਚ ਅਮਨ ਕਾਨੂੰਨ ਲਗਾਤਾਰ ਭੰਗ ਹੋ ਰਿਹਾ। ਧੂਰੀ ਅਤੇ ਜਲੰਧਰ ਵਿਖੇ ਛੋਟੇ ਬੱਚਿਆਂ ਨਾਲ ਵਾਪਰ ਰਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਨਿੰਦਣਯੋਗ ਦੱਸਦਿਆਂ ਉਨ੍ਹਾਂ ਕੈਪਟਨ ਤੋਂ ਅਸਤੀਫੇ ਦੀ ਮੰਗ ਕੀਤੀ। ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ 2 ਸੀਟਾਂ ਮਿਲਣ ਤੇ ਬਾਦਲ ਨੇ ਆਖਿਆ ਕਿ ਪਾਰਟੀ ਪ੍ਰਧਾਨ ਜਲਦ ਹੀ ਕੋਰ ਕਮੇਟੀ ਵਿੱਚ ਉਮੀਦਵਾਰਾਂ ਤੇ ਹਲਕਾ ਇੰਚਾਰਜ ਵਿਧਾਇਕਾਂ ਨਾਲ ਇਸ ਸੰਬੰਧੀ ਜਾਣਕਾਰੀ ਲੈ ਕੇ ਮੰਥਨ ਕਰਨਗੇ ਕਿ ਕਿੱਥੇ ਕਮੀਆਂ ਰਹਿ ਗਈਆਂ। ਉਨ੍ਹਾਂ ਆਖਿਆ ਕਿ ਬਰਗਾੜੀ ਮੋਰਚਾ, ਸੁਖਪਾਲ ਖਹਿਰਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪੂਰਾ ਜ਼ੋਰ ਲਾਇਆ ਕਿ ਬਾਦਲ ਪਰਿਵਾਰ ਨੂੰ ਬਦਨਾਮ ਕੀਤਾ ਜਾਵੇ। ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ। ਨਿੰਦਰ ਕੁਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤੇ ਜਾਣ ਦੀਆਂ ਖਬਰਾਂ ਨੇ ਰਾਹੁਲ ਗਾਂਧੀ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਦਿੱਲੀ ਸ਼ਿਕਾਇਤਾਂ ਲਾਉਣ ਗਏ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਦੇਰ ਰਾਤੀਂ ਚੰਡੀਗੜ੍ਹ ਪਰਤੇ ਅਤੇ ਭਰੋਸੇਯੋਗ ਸੂਤਰ ਕਹਿੰਦੇ ਨੇ ਕਿ ਸਿੱਧੂ ਦੀਆਂ ਸ਼ਿਕਾਇਤਾਂ ਸੁਣਨ ਵਾਸਤੇ ਰਾਹੁਲ ਗਾਂਧੀ ਨੇ ਫਿਲਹਾਲ ਗੱਲ ਅਗਲੇ ਦਿਨਾਂ ਉੱਤੇ ਪਾ ਦਿੱਤੀ ਹੈ ਅਤੇ ਉਧਰੋਂ ਸਿੱਧੂ ਵੀ ਆਪਣੇ ਕੋਲ ਕਾਗਜ਼ਾਂ ਦਾ ਦੱਥਾ ਲੈ ਕੇ ਪੂਰੇ ਸਬੂਤਾਂ ਸਹਿਤ ਦਿੱਲੀ ਬੈਠੇ ਨੇ ਤਾਂ ਕਿ ਰਾਹੁਲ ਗਾਂਧੀ ਨੂੰ ਮਿਲ ਕੇ ਉਹ ਆਪਣਾ ਪੱਖ ਰੱਖ ਸਕਣ।
ਪੰਜਾਬ ਕਾਂਗਰਸ ਦੇ ਅੰਦਰੂਨੀ ਸੰਕਟ ਦੇ ਹੋਰ ਡੂੰਘਾ ਹੋਣ ਦੇ ਆਸਾਰ ਬਣਦੇ ਜਾ ਰਹੇ ਨੇ। ਭਾਵੇਂ ਕੇਂਦਰੀ ਕਾਂਗਰਸ ਨੇ ਜਾਖੜ ਦਾ ਅਸਤੀਫਾ ਹਾਲੀ ਮਨਜ਼ੂਰ ਨਹੀਂ ਕੀਤਾ ਹੈ। ਚੇਤੇ ਰਹੇ ਕਿ ਸਿੱਧੂ ਕੈਪਟਨ ਵਿਵਾਦ ਮੁੱਦੇ ਉੱਤੇ ਸਿੱਧੂ ਫਿਲਹਾਲ ਬਿਲਕੁਲ ਚੁੱਪ ਹਨ ਅਤੇ ਪਿਛਲੇ ਦਿਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਪ੍ਰੈਸ ਕੋਲ ਕੋਚੇ ਸੱਚੀਆਂ ਖਰੀਆਂ ਸੁਣਾਈਆਂ ਸਨ। ਪਿਛਲੇ ਦਿਨੀ ਸਿੱਧੂ ਵਿਰੁੱਧ ਬੋਲਣ ਵਾਲਿਆਂ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਸ਼ਾਮਲ ਸਨ। ਫਰੀਦਕੋਟ ਵਿੱਚ ਬੀਤੇ ਹਫ਼ਤੇ ਤੋਂ ਚੱਲ ਰਿਹਾ ਪੁਲਿਸ ਖਿਲਾਫ਼ ਲੋਕ ਰੋਹ ਹੋਰ ਤੇਜ਼ ਹੋ ਗਿਆ। ਜਸਵੰਤ ਸਿੰਘ ਜੱਸਾਰ ਨਾਮੀ ਗੁੰਮ ਹੋਏ ਮੁੰਡਾ, ਉਹਦੀ ਲਾਸ਼ ਨਹੀਂ ਮਿਲ ਰਹੀ, ਉਸਦੇ ਵਾਰਸ, ਉਸਦੇ ਮਾਪੇ ਅਤੇ ਰਿਸ਼ਤੇਦਾਰਾਂ ਵੱਲੋਂ ਲਗਾਤਾਰ SSP ਦਫ਼ਤਰ ਫਰੀਦਕੋਟ ਘੇਰਿਆ ਹੋਇਆ ਅਤੇ ਪੁਲਿਸ ਵਿਰੋਧ ਇੱਕ ਐਕਸ਼ਨ ਕਮੇਟੀ ਦਾ ਵੀ ਗਠਨ ਕੀਤਾ ਗਿਆ। ਇਸ ਰੋਸ ਧਰਨੇ ਨੂੰ ਸਿਆਸੀ ਲੋਕ ਵੀ ਸੰਬੋਧਨ ਕਰਨ ਆ ਰਹੇ ਨੇ। ਪਿਛਲੇ ਦਿਨਾਂ ਵਿੱਚ ਬੀਬੀ ਪਰਮਜੀਤ ਖਾਲੜਾ, ਲੱਖਾ ਸਿਧਾਣਾ, ਸੁਖਪਾਲ ਸਿੰਘ ਖਹਿਰਾ ਵੀ ਪੁੱਜੇ ਸਨ। ਅੱਜ ਅਕਾਲੀ ਆਗੂ ਵੀ ਇਸ ਧਰਨੇ ਵਿੱਚ ਪੁੱਜੇ। ਸਦਾ ਲਈ ਗੁੰਮ ਹੋ ਗਏ ਮੁੰਡੇ ਦੀ ਮਾਂ ਦੇ ਗਲੋਂ ਰੋਟੀ ਦੀ ਬੁਰਕੀ ਨਹੀਂ ਲੰਘ ਰਹੀ ਅਤੇ ਸਿਆਸੀ ਲੋਕ ਆਪਣੀਆਂ ਆਪਣੀਆਂ ਰੋਟੀਆਂ ਇਸ ਮੁੱਦੇ 'ਤੇ ਸੇਕਣ ਲੱਗੇ ਹੋਏ ਨੇ। ਅੱਜ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਵਿਧਾਇਕ ਵੀ ਉੱਥੇ ਪੁੱਜੇ ਅਤੇ ਇਹ ਕੇਸ CBI ਨੂੰ ਸੌਂਪਣ ਦੀ ਮੰਗ ਅਮਨ ਅਰੋੜਾ ਨੇ ਰੱਖੀ ਹੈ। ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹੈਰਾਨੀਜਨਕ ਬਿਆਨ ਦੇ ਦਿੱਤਾ ਹੈ ਕਿ ਅਕਾਲੀ ਵਰਕਰਾਂ ਨੂੰ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ। ਕੀ ਹੋਇਆ ਜੇ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਹੈ? ਅਫਸਰ ਤਾਂ ਉਹਨਾਂ ਦੇ ਹੱਕ ਵਿੱਚ ਨੇ ਜਿਨ੍ਹਾਂ 10 ਸਾਲ ਉਹਨਾਂ ਯਾਨੀ ਬਾਦਲ ਦੇ ਅੰਡਰ ਕੰਮ ਕੀਤਾ ਹੈ। ਬਾਦਲ ਨੇ ਕਿਹਾ ਕਿ ਕਾਂਗਰਸ ਇੰਨੀ ਮਾੜੀ ਪਾਰਟੀ ਹੈ, ਇਹਦਾ ਨਾਂ ਲੈਣਾ ਵੀ ਮਾੜਾ ਹੈ। ਵੱਡੇ ਬਾਦਲ 2 ਸੀਟਾਂ ਉੱਤੇ ਅਕਾਲੀ ਦਲ ਨੂੰ ਮਿਲੀ ਜਿੱਤ ਮਗਰੋਂ ਆਪਣੇ ਇਲਾਕੇ ਲੰਬੀ ਵਿੱਚ ਧਨਵਾਦੀ ਦੌਰੇ 'ਤੇ ਵਰਦੀ ਗਰਮੀ 'ਚ ਨਿਕਲੇ ਹੋਏ ਸਨ। ਧਾਰਮਿਕ ਸ਼ਹਿਰ ਫਤਿਹਗੜ੍ਹ ਸਾਹਿਬ ਤੋਂ ਖਬਰ ਆ ਰਹੀ ਜਿੱਥੇ ਇੱਕ ਮੰਦਭਾਗੀ ਘਟਨਾ ਵਾਪਰੀ ਹੈ। 3 ਮੁੰਡਿਆਂ ਵੱਲੋਂ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਨਾਲ ਸਮੂਹਕ ਜਬਰ ਜਨਾਹ ਕੀਤਾ ਗਿਆ। ਅੰਮ੍ਰਿਤਸਰ ਸਾਹਿਬ ਦੇ ਸੁਲਤਾਨਵਿੰਡ ਪੱਤੀ ਵਿਖੇ ਗੋਲੀਆਂ ਚੱਲੀਆਂ ਨੇ। ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ GK ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਾਹਰ ਕੱਢੇ ਜਾਣ ਦੀ ਪੁਸ਼ਟੀ ਹੋਣ ਤੋਂ ਬਾਅਦ ਸਖਤੀ ਨਾਲ ਰੁੱਖ ਅਪਣਾਉਂਦਿਆਂ ਸਪੱਸ਼ਟ ਕੀਤਾ ਕਿ ਉਹ ਪਾਰਟੀ ਹਾਈਕਮਾਂਡ ਦੀ ਬਲੈਕਮੇਲਿੰਗ ਦਾ ਜਵਾਬ ਦੇਣ ਦੀ ਥਾਂ ਸੰਗਤ ਦੀ ਕਚਹਿਰੀ ਵਿੱਚ ਜ਼ਿਆਦਾ ਜਵਾਬ ਦੇਣਾ ਬਿਹਤਰ ਸਮਝਦੇ ਹੈ। ਉਹਨਾਂ ਕਿਹਾ ਕਿ ਜਦੋਂ ਕਾਨੂੰਨ ਦੀ ਕਚਹਿਰੀ ਵਿੱਚ ਆਪਣਾ ਪੱਖ ਰੱਖ ਚੁੱਕੇ ਹੈ, ਉਹਨਾਂ ਨੂੰ ਅਦਾਲਤ 'ਤੇ ਭਰੋਸਾ ਹੈ। ਅਜਿਹੇ ਹਾਲਾਤਾਂ ਵਿੱਚ ਉਹ ਜ਼ਰੂਰੀ ਨਹੀਂ ਸਮਝਦੇ ਕਿ ਇਸ ਦੌਰਾਨ ਹੀ ਕੋਰਟ ਟ੍ਰਾਇਲ ਦੇ ਨਾਲ ਨਾਲ ਮੀਡੀਆ ਟ੍ਰਾਇਲ ਹੋਵੇ। GK ਨੇ ਆਖਿਆ ਕਿ ਉਹ ਸਪੱਸ਼ਟ ਕਰ ਚੁੱਕੇ ਹੈ ਕਿ 7 ਦਸੰਬਰ 2018 ਨੂੰ ਉਹਨਾਂ ਨੇ ਪਾਰਟੀ ਛੱਡ ਦਿੱਤੀ ਸੀ, ਇਸ ਲਈ ਪਾਰਟੀ ਵੱਲੋਂ ਹੁਣ ਲੈ ਕੇ ਫੈਸਲੇ ਦਾ ਕੋਈ ਮਤਲਬ ਨਹੀਂ। GK ਨੇ ਆਖਿਆ ਕਿ ਡੇਰਾ ਸਰਸਾ ਨੂੰ ਮਾਫ਼ੀ ਦੇਣਾ, ਅਕਾਲੀ ਉਮੀਦਵਾਰਾਂ ਦਾ ਡੇਰੇ ਉੱਤੇ ਵੋਟ ਮੰਗਣ ਜਾਣਾ, ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣਾ, ਬਹਿਬਲ ਕਲਾਂ ਵਿੱਚ ਬੇਅਦਬੀ ਮਾਮਲੇ ਵਿੱਚ ਇਨਸਾਫ਼ ਮੰਗ ਰਹੇ, ਸਿੱਖਾਂ ਉੱਤੇ ਪੁਲਿਸ ਫਾਇਰਿੰਗ ਆਦਿਕ ਦੇ ਮਾਮਲੇ ਵਿੱਚ ਜਦੋਂ ਉਹਨਾਂ ਨੇ ਬਠਿੰਡਾ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਪ੍ਰਚਾਰ ਦੌਰਾਨ ਗੱਲਬਾਤ ਕੀਤੀ, ਪਾਰਟੀ ਦੀਆਂ ਨੀਤੀਆਂ 'ਤੇ ਸਵਾਲ ਚੁੱਕੇ ਤਾਂ ਪਾਰਟੀ ਵੱਲੋਂ ਉਹਨਾਂ ਨੂੰ ਚੋਣ ਪ੍ਰਚਾਰ ਤੋਂ ਵਾਪਸ ਭੇਜ ਦਿੱਤਾ ਗਿਆ ਸੀ। ਹੁਣ ਆਖਿਆ ਕਿ ਹੁਣ 2019 ਵਿੱਚ ਪਾਰਟੀ ਲਈ ਆਏ ਨਮੋਸ਼ੀ ਭਰੇ ਨਤੀਜਿਆਂ ਤੋਂ ਬਾਅਦ ਵੀ ਪਾਰਟੀ ਵਿੱਚ ਬੇਚੈਨੀ ਦੀ ਹਾਲਤ ਹੈ ਅਤੇ ਇਸ ਲਈ ਅਨੁਸ਼ਾਸਨ ਦਾ ਡੰਡਾ ਉਹਨਾਂ 'ਤੇ ਚਲਾਉਣ ਦੀ ਗੱਲ ਹੋ ਰਹੀ ਹੈ। GK ਨੇ ਇਸ਼ਾਰਾ ਕੀਤਾ ਕਿ ਡੇਰਾ ਮਾਫ਼ੀ ਵਿੱਚ ਵੱਡੇ ਅਕਾਲੀ ਆਗੂ ਸ਼ਾਮਲ ਸਨ। GK ਦੇ ਬਾਰੇ ਵਿੱਚ ਹੋਈ ਚਰਚਾ ਦਾ ਹਵਾਲਾ ਦੇਣ 'ਤੇ ਮਨਜਿੰਦਰ ਸਿੰਘ ਸਰਸਾ 'ਤੇ ਵਰਦਿਆਂ GK ਨੇ ਦਾਅਵਾ ਕੀਤਾ ਕਿ ਕਮੇਟੀ ਦੇ ਫੰਡਾਂ ਦੀ ਵਰਤੋਂ ਚੋਣਾਂ ਵਿੱਚ ਹੋਈ ਹੈ, ਜਿਸ ਦਾ ਜ਼ਿਕਰ ਉਹਨਾਂ ਨੇ ਕੋਰ ਕਮੇਟੀ ਮੈਂਬਰਾਂ ਦੇ ਸਾਹਮਣੇ ਵੀ ਕੀਤਾ ਸੀ। ਇਸ ਬਾਰੇ ਠੀਕ ਸਮਾਂ ਆਉਣ 'ਤੇ ਉਹ ਸਾਰਾ ਖੁਲਾਸਾ ਕਰ ਦੇਣਗੇ। GK ਨੇ ਅਕਾਲੀ ਹਾਈਕਮਾਨ ਤੋਂ ਪੁੱਛਿਆ ਕਿ ਅੱਜ ਉਹਨਾਂ ਨੂੰ ਮੇਰੇ ਕਰਕੇ ਕਮੇਟੀ ਦੇ ਅਕਸ ਨੂੰ ਧੱਕਾ ਲੱਗਦਾ ਨਜ਼ਰ ਆ ਰਿਹਾ ਅਤੇ 15 ਮਾਰਚ ਨੂੰ ਨਵੇਂ ਅਹੁਦੇਦਾਰਾਂ ਦੀ ਚੋਣ ਤੋਂ ਪਹਿਲਾਂ ਉਹਨਾਂ ਨੂੰ ਪਾਰਟੀ ਵੱਲੋਂ ਬਾਹਰ ਕਿਉਂ ਨਹੀਂ ਕੀਤਾ ਗਿਆ।
ਸਾਲ 2009 ਤੇ 2014 ਦੌਰਾਨ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ ਸ਼ੇਰ ਸਿੰਘ ਘੁਬਾਇਆ ਨੇ ਦੋਸ਼ ਲਾਇਆ ਕਿ ਫਿਰੋਜ਼ਪੁਰ ਲੋਕ ਸਭਾ ਹਲਕੇ ਵਿੱਚ ਜਿਹੜੇ ਕਾਂਗਰਸੀਆਂ ਨੇ ਉਹਨਾਂ ਦੀ ਮਦਦ ਨਹੀਂ ਕੀਤੀ, ਉਹਨਾਂ ਦੀ ਸ਼ਿਕਾਇਤ ਤੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੋਲ ਕਰਨਗੇ। ਉਹਨਾਂ ਆਖਿਆ ਕਿ ਫਿਰੋਜ਼ਪੁਰ ਲੋਕ ਸਭਾ ਹਲਕੇ ਵਿੱਚ 6 ਕਾਂਗਰਸੀ ਵਿਧਾਇਕਾਂ ਦੇ ਹਲਕਿਆਂ ਵਿੱਚੋਂ ਉਹਨਾਂ ਦੀਆਂ ਵੋਟਾਂ ਕੱਟ ਗਈਆਂ ਤੇ ਸੁਖਬੀਰ ਸਿੰਘ ਬਾਦਲ ਤਕਰੀਬਨ 2 ਲੱਖ ਤੋਂ ਵੱਧ ਵੋਟਾਂ ਤੇ ਜਿੱਤੇ। ਉਹਨਾਂ ਆਖਿਆ ਕਿ ਰਾਹੁਲ ਗਾਂਧੀ ਨੂੰ ਮਿਲ ਕੇ ਉਹ ਜਾਣਕਾਰੀ ਦੇਣਗੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਜਾਣਬੁੱਝ ਕੇ ਹਰਾਇਆ ਗਿਆ। ਸ਼ੇਰ ਸਿੰਘ ਘੁਬਾਇਆ ਨੇ ਕਾਂਗਰਸ ਪਾਰਟੀ ਵਿੱਚ ਅਕਾਲੀ ਦਲ ਛੱਡ ਕੇ ਸ਼ਮੂਲੀਅਤ ਕੀਤੀ ਸੀ। ਉਧਰ ਸ਼ੇਰ ਸਿੰਘ ਘੁਬਾਇਆ ਦੇ ਇਸ ਕਹਿਣ ਤੇ ਕਿ ਉਹ ਕਾਨੂੰਨੀ ਲੜਾਈ ਲੜਨੀ ਚੋਣ ਪ੍ਰਕਿਰਿਆ ਨੂੰ ਅਦਾਲਤ ਵਿੱਚ ਖੜਾ ਕਰਨ ਦੀਆਂ ਵਿਉਤਬੰਦੀਆਂ ਕਰ ਰਹੇ ਹੈ ਤੇ ਕਾਂਗਰਸੀ ਵਰਕਰਾਂ ਨੇ ਆਖਿਆ ਕਿ ਘੁਬਾਇਆ ਦੀ ਹਾਰ ਬਰਾਦਰੀਵਾਦ ਪਰਿਵਾਰਵਾਦ ਤੇ ਮਾੜੀ ਸ਼ਬਦਾਵਲੀ ਕਰਕੇ ਹੋਈ ਹੈ। ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਨੇ ਆਖਿਆ ਕਿ ਭਗਵੰਤ ਮਾਨ ਦਾ ਉਹਨਾਂ ਨੂੰ ਟੈਲੀਫੋਨ ਆਇਆ, ਉਹਨਾਂ ਰਸਮੀ ਤੌਰ ਤੇ ਇੱਕ ਦੂਜੇ ਨੂੰ ਵਧਾਈ ਦਿੱਤੀ। ਭਗਵੰਤ ਮਾਨ ਨੇ ਆਖਿਆ ਸੀ ਕਿ ਜੇਕਰ ਆਮ ਆਦਮੀ ਪਾਰਟੀ ਵਿੱਚੋਂ ਰੁੱਸੇ ਹੋਏ ਆਗੂ ਨੂੰ ਇਕੱਠਿਆਂ ਕੀਤਾ ਜਾਵੇ ਤਾਂ ਦੁਬਾਰਾ ਉਹ ਗੱਲ ਕਰਨ ਨੂੰ ਤਿਆਰ ਨੇ। ਸੁਖਪਾਲ ਖਹਿਰਾ ਨੇ ਆਖਿਆ ਕਿ ਉਹ ਇਸ ਮਸਲੇ ਤੇ ਸਵਾਗਤਯੋਗ ਕਦਮ ਦੱਸਦੇ ਨੇ। ਨਾਲ ਹੀ ਉਹਨਾਂ ਭਗਵੰਤ ਮਾਨ ਦੇ ਉਸ ਸਵਾਲ ਦਾ ਜਵਾਬ ਦਿੱਤਾ ਜਿਸ ਵਿੱਚ ਭਗਵੰਤ ਮਾਨ ਨੇ ਆਖਿਆ ਸੀ ਕਿ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਕਰਨ ਲਈ ਸੁਖਪਾਲ ਖਹਿਰਾ ਨੇ ਚੋਣ ਲੜੀ। ਭਗਵੰਤ ਮਾਨ ਨੇ ਆਖਿਆ ਸੀ ਕਿ ਬਠਿੰਡਾ ਤੋਂ ਉਹਨਾਂ ਨੇ ਚੋਣ ਕਿਉਂ ਲੜੀ ਜਦਕਿ ਉਹਨਾਂ ਦਾ ਹਲਕਾ ਖਡੂਰ ਸਾਹਿਬ ਪੈਂਦਾ। ਇਸ ਤੇ ਸੁਖਪਾਲ ਸਿੰਘ ਖਹਿਰਾ ਨੇ ਆਖਿਆ ਕਿ ਪਿਛਲੇ 15 ਸਾਲਾਂ ਤੋਂ ਸੁਖਬੀਰ ਸਿੰਘ ਬਾਦਲ ਨਾਲ ਕਦੇ ਵੀ ਜੇ ਮੁਲਾਕਾਤ ਕੀਤੀ ਹੋਵੇ ਤਾਂ ਉਹ ਰਾਜਨੀਤੀ ਤੋਂ ਸਿਆਸਤ ਤੋਂ ਅਸਤੀਫਾ ਸੰਨਿਆਸ ਲੈ ਲੈਣਗੇ। ਉਹਨਾਂ ਆਖਿਆ ਕਿ ਭਗਵੰਤ ਮਾਨ ਜੇਕਰ ਇੱਕ ਪਲੇਟਫਾਰਮ ਤੇ ਇਕੱਠਿਆਂ ਗੱਲ ਕਰਨਾ ਚਾਹੁੰਦੇ ਆ ਤੇ ਇਹ ਫੈਸਲਾ ਉਹਨਾਂ ਦਾ ਸਵਾਗਤ ਯੋਗ ਹੈ। ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੇ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਵਿਕਾਸ ਅਤੇ ਸਰਹੱਦੀ ਇਲਾਕੇ ਦੀ ਨੁਹਾਰ ਬਦਲਣ ਦੀ ਆਸ ਹੈ। ਸਰਹੱਦ ਨਾਲ ਲੱਗਦੇ ਇਲਾਕੇ ਜਲਾਲਾਬਾਦ, ਗੁਰੂਰ ਸਾਹਿਬ, ਫਾਜ਼ਿਲਕਾ ਤੇ ਹੁਸੈਨੀਵਾਲ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਕਿ ਸੁਖਬੀਰ ਬਾਦਲ ਨੇ ਵਾਅਦਾ ਕੀਤਾ ਕਿ ਉਹ ਹੁਸੈਨੀਵਾਲਾ ਬਾਰਡਰ ਖੁਲਾਉਣ ਲਈ ਯਤਨ ਕਰਨਗੇ। ਸਰਹੱਦੀ ਇਲਾਕੇ ਦੇ ਲੋਕਾਂ ਨੇ ਗੱਲਬਾਤ ਦੌਰਾਨ ਆਖਿਆ ਕਿ ਹੁਣ ਤਾਂ ਸਾਨੂੰ ਆਸ ਪੂਰੀ ਹੁੰਦੀ ਜਾਪਦੀ ਹੈ ਜਦੋਂ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਬਣ ਰਹੀ ਹੈ। ਉਦਯੋਗਪਤੀ, ਵਪਾਰੀ, ਕਿਸਾਨ ਅਤੇ ਛੋਟੇ ਕਾਰੋਬਾਰੀ ਕਰਨ ਵਾਲੇ ਲੋਕਾਂ ਨੇ ਆਖਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਨਰਿੰਦਰ ਮੋਦੀ ਨੂੰ ਵਧਾਈ ਦੇ ਕੇ ਭਾਰਤ ਨਾਲ ਗੱਲਬਾਤ ਕਰਨ ਅਤੇ ਲੜਕਦੇ ਮਸਲੇ ਹੱਲ ਕਰਨ ਤੇ ਸਹਿਮਤੀ ਪ੍ਰਗਟਾਈ। ਇਹਨਾਂ ਬਛਿੰਦਿਆਂ ਦਾ ਕਹਿਣਾ ਕਿ ਪਿਛਲੇ 5 ਦਹਾਕਿਆਂ ਤੋਂ ਉਹ ਸਿਆਸੀ ਆਗੂਆਂ ਤੋਂ ਇਹੀ ਗੱਲ ਸੁਣਦੇ ਆਏ ਨੇ ਕਿ ਜਲਦ ਬਾਰਡਰ ਖੁੱਲ੍ਹੇਗਾ, ਇਸ ਆਸ ਨਾਲ ਵੋਟਾਂ ਪਾਉਂਦੇ ਰਹੇ। ਉਹਨਾਂ ਆਖਿਆ ਕਿ ਪਿਛਲੇ 5 ਦਹਾਕਿਆਂ ਤੋਂ ਸਿਆਸੀ ਆਗੂਆਂ ਤੋਂ ਇਹ ਗੱਲ ਸੁਣਦੇ ਆ ਕਿ ਜਲਦ ਬਾਰਡਰ ਖੁੱਲ੍ਹੇਗਾ, ਇਸ ਆਸ ਨਾਲ ਉਹ ਵੋਟਾਂ ਪਾਉਂਦੇ ਰਹੇ। ਪਰ ਉਹਨਾਂ ਆਖਿਆ ਕਿ ਸਾਨੂੰ ਉਮੀਦ ਹੈ ਕਿ ਜਦੋਂ ਉਹਨਾਂ ਦਾ MP ਉਸੇ ਪਾਰਟੀ ਦਾ ਚੁਣਿਆ ਗਿਆ ਜਿਸ ਪਾਰਟੀ ਦੀ ਕੇਂਦਰ ਵਿੱਚ ਸਰਕਾਰ ਹੈ ਤਾਂ ਇੱਥੇ ਵਸਦੇ ਲੋਕਾਂ ਦਾ ਸਮੱਸਿਆਵਾਂ ਹੱਲ ਹੋਣਗੀਆਂ ਅਤੇ ਸਰਹੱਦ ਦੇ ਨਾਲ ਲੱਗਦੇ ਬਛਿੰਦਿਆਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਜੋ ਚਿਰਾਂ ਤੋਂ ਹੱਲ ਹੋਣ ਦੀ ਆਸ ਹੈ ਉਹਨਾਂ ਨੂੰ ਪੂਰੀ ਹੁੰਦੀ ਅਤੇ ਹੱਲ ਹੁੰਦੀ ਨਜ਼ਰ ਆਉਂਦੀ ਦਿਖਾਈ ਦਿੰਦੀ ਹੈ। ਬਠਿੰਡਾ ਲੋਕ ਸਭਾ ਹਾਰਨ ਤੋਂ ਮਗਰੋਂ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਫੇਸਬੁੱਕ ਤੇ ਆਮੋ ਸਾਹਮਣੇ ਹੋ ਗਏ। ਸੁਖਪਾਲ ਖਹਿਰਾ ਨੇ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਵੱਲੋਂ ਉਹਨਾਂ ਨੂੰ ਬਾਦਲਾਂ ਨਾਲ ਰਲਣ ਦੇ ਲਾਏ ਇਲਜ਼ਾਮਾਂ ਤੋਂ ਬਾਅਦ ਰਾਜਾ ਵੜਿੰਗ ਖਿਲਾਫ਼ ਖੂਹ ਭੜਾਸ ਕੱਢੀ। ਖਹਿਰਾ ਨੇ ਰਾਜਾ ਵੜਿੰਗ ਨੂੰ ਉਹਨਾਂ ਉੱਪਰ ਲਾਏ ਇਲਜ਼ਾਮਾਂ ਨੂੰ ਸਾਬਤ ਕਰਨ ਦੀ ਚੁਣੌਤੀ ਦਿੱਤੀ ਹੈ। ਉਹਨਾਂ ਆਖਿਆ ਕਿ ਇਲਜ਼ਾਮ ਸਰਾਸਰ ਝੂਠੇ ਅਤੇ ਮਨਘੜਤ ਨੇ ਤੇ ਇਹਨਾਂ ਚੋਣਾਂ ਵਿੱਚ ਬਾਦਲਾਂ ਦੀ ਉਹਨਾਂ ਕੋਈ ਮਦਦ ਨਹੀਂ ਕੀਤੀ। ਜੇਕਰ ਰਾਜਾ ਵੜਿੰਗ ਇਲਜ਼ਾਮ ਸਾਬਤ ਕਰ ਦੇਣ ਤਾਂ ਉਹ ਸਿਆਸਤ ਤੋਂ ਸੰਨਿਆਸ ਲੈ ਲੈਣਗੇ, ਨਹੀਂ ਤਾਂ ਵੜਿੰਗ ਸਿਆਸਤ ਛੱਡਣ ਦਾ ਹੀਆ ਦਿਖਾਉਣ। ਸੁਖਪਾਲ ਖਹਿਰਾ ਨੇ ਰਾਜਾ ਵੜਿੰਗ ਨੂੰ ਆਖਿਆ ਕਿ ਉਹ ਕਦੇ ਵੀ ਬਹਿਬਲ ਕਲਾਂ ਗੋਲੀਕਾਂਡ ਦੇ ਸ਼ਹੀਦਾਂ ਦੇ ਘਰ ਨਹੀਂ ਗਿਆ ਤੇ ਕੈਪਟਨ ਸਰਕਾਰ ਨੇ ਬਰਗਾੜੀ ਇਨਸਾਫ਼ ਮੋਰਚੇ ਨੂੰ ਤਾਰਪੀਡੋ ਕਰਨ ਲਈ 7 ਅਕਤੂਬਰ ਨੂੰ ਲੰਬੀ ਵਿੱਚ ਬਰਾਬਰ ਰੈਲੀ ਕੀਤੀ ਸੀ ਤਾਂ ਜੋ ਲੋਕ ਬਰਗਾੜੀ ਵਿੱਚ ਨਾ ਜਾ ਸਕਣ। ਖ਼ਬਰ ਮੁੰਬਈ ਤੋਂ। ਬਾਲੀਵੁੱਡ ਦੇ ਮਸ਼ਹੂਰ ਸਟੰਟ ਕੋਰੀਓਗ੍ਰਾਫਰ ਅਤੇ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਦੇਹਾਂਤ ਹੋ ਗਿਆ। ਉੱਘੇ ਫਿਲਮੀ ਸਿਤਾਰੇ ਅਜੇ ਦੇਵਗਨ ਨਾਲ ਦੁੱਖ ਸਾਂਝਾ ਕਰਨ ਪੁੱਜੇ। ਅੱਜ ਵੀਰੂ ਦੇਵਗਨ ਦਾ ਸੰਸਕਾਰ ਕਰ ਦਿੱਤਾ ਗਿਆ। ਮੌਸਮ ਦੀ ਗੱਲ ਕਰੀਏ ਤਾਂ ਦੁਪਹਿਰ ਵੇਲੇ ਖਾਸੀ ਗਰਮੀ ਹੁੰਦੀ ਹੈ ਔਰ ਲੋਕਾਂ ਨੇ ਗਰਮੀ ਤੋਂ ਬਚਣ ਲਈ ਆਪੋ ਆਪਣੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਨੇ।
ਕੋਈ ਏਸੀਆਂ ਦੀ ਦੁਕਾਨ 'ਤੇ ਖੜ੍ਹਾ ਦਿਖਾਈ ਦਿੰਦਾ ਔਰ ਕੋਈ ਏਸੀ ਲਾ ਕੇ ਸੋਤਾ ਦਿਖਾਈ ਦਿੰਦਾ, ਕੋਈ ਠੰਡੀ ਪਾਣੀ ਦਾ ਪਰਨਾ ਭਿਉਂ ਕੇ ਨਿੰਮ ਥੱਲੇ ਬੈਠਾ ਗਰਮੀ ਤੋਂ ਬਚਣ ਲਈ ਦਿਖਾਈ ਦਿੰਦਾ, ਔਰ ਨਿੱਕੇ ਨਿੱਕੇ ਬੱਚਿਆਂ ਦਾ ਵੀ ਬੁਰਾ ਹਾਲ ਹੋ ਜਾਂਦਾ ਇਹਨਾਂ ਦਿਨਾਂ ਵਿੱਚ ਜਦੋਂ ਦੁਪਹਿਰ ਵੇਲੇ ਸਕੂਲ ਤੋਂ ਥੱਕ ਟੁੱਟ ਕੇ ਆਉਂਦੇ ਨੇ। ਫਿਲਹਾਲ ਗਰਮੀ ਦਾ ਜਿਹੜਾ ਕਹਿਰ ਉਹ ਜਾਰੀ ਹੈ ਔਰ ਸਵੇਰੇ ਸਵੇਰੇ ਹਲਕੀ ਜਿਹੀ ਠੰਡ ਹੁੰਦੀ ਹੈ ਜਿਸ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ। ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ, ਕੱਲ੍ਹ ਫਿਰ ਮਿਲਾਂਗੇ।